ਅਕਸਰ ਹੀ ਪਾਰਟੀਆਂ ਆਪਣੀ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ਤੇ ਟੰਗ ਕੇ ਹੀ ਰੱਖਦੀਆਂ ਨੇ। ਕਦੇ ਕਾਨਫਰੰਸਾਂ 'ਚ ਤੇ ਕਦੇ ਰੈਲੀਆਂ 'ਚ ਦੂਜੀਆਂ ਪਾਰਟੀਆਂ ਨੂੰ ਘੇਰ ਕੇ ਹੀ ਰਹਿੰਦੀਆਂ ਨੇ। ਅਜਿਹੇ 'ਚ ਪੰਜਾਬ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਆਪਣੀ ਪਾਰਟੀ ਦੇ ਸੋਲੇ ਗੋਂਦਿਆਂ ਆਪਣੀ ਵਿਰੋਧੀ ਪਾਰਟੀਆਂ ਨੂੰ ਕਰੜੇ ਹੱਥੀਂ ਲਿਆ ਅਤੇ ਉਹਨਾਂ ਤੇ ਨਿਸ਼ਾਨੇ ਸਾਧੇ। ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਸਰਕਾਰ ਖਿਲਾਫ ਮੋਗਾ 'ਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਜਿਸ ਨੂੰ ਲੈ ਕੇ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਕੋਲ ਕੋਈ ਹੋਰ ਮੁੱਦਾ ਨਹੀਂ ਹੈ। ਨਾਲ ਹੀ ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਪੰਜਾਬ 'ਚ ਹੋਰ ਵੀ ਕਈ ਮੁੱਦੇ ਨੇ ਜਿਨ੍ਹਾਂ ਨੂੰ ਉਠਾਇਆ ਜਾ ਸਕਦਾ, ਪਰ ਆਪ ਸਿਰਫ ਬਿਜਲੀ ਤੱਕ ਹੀ ਸੀਮਤ ਰਹਿ ਗਈ ਹੈ। ਦੇਖਿਏ, ਸ਼੍ਰੋਮਣੀ ਅਕਾਲੀ ਦਲ ਕੇ ਪਾਸ ਕੋਈ ਮੁੱਦਾ ਨਹੀਂ ਹੈ, ਮੁੱਦਾ ਵਿਹੀਨ। ਐਕਚੁਅਲ ਮੇਂ ਦੇਖਾ ਜਾਏ ਤੋ ਲੋਗੋਂ ਨੇ ਉਨਕੋ ਵਿਪਕਸ਼ ਕੇ ਲਾਇਕ ਵੀ ਨਹੀਂ ਸਮਝਾ, ਵੋ ਤੋ ਵਿਪਕਸ਼ੀ ਪਾਰਟੀ ਵੀ ਨਹੀਂ ਬਣ ਸਕੀ। ਅੱਜ ਦੇਖੀਏ, ਅਭੀ ਜੇ ਇਲੈਕਸ਼ਨ ਹੋਏ ਹੈ ਉਸਮੇਂ ਇਹ ਦੋ ਸੀਟਾਂ ਹੀ ਜੀਤ ਪਾਏ ਹੈ, ਪੰਜਾਬ ਮੇਂ ਇਨਕੀ ਕਿਆ ਦਸ਼ਾ ਹੈ। ਲੇਕਿਨ ਅਭੀ ਉਨਕੇ ਪਾਸ ਕੋਈ ਮੁੱਦਾ ਨਹੀਂ ਹੈ। ਐਸੇ ਹੀ ਹਮਾਰੀ 5 ਸਾਲ ਕੀ ਸਰਕਾਰ ਹੈ, ਕਾਫੀ ਕਾਮ ਹਮਨੇ ਕਰ ਦੀਏ ਹੈ, ਜੋ ਕਾਮ ਬੈਲੈਂਸ ਹੈ ਹਮੇ ਪਤਾ ਹੈ, ਜੋ ਹਮਨੇ ਲੋਗੋਂ ਕੇ ਸਾਥ ਵਾਅਦੇ ਕੀਏ ਹੈ, ਸਰਕਾਰ ਰਹਤੇ ਸਾਰੇ ਕਾਮ ਪੂਰੇ ਕਰੇਂਗੇ। ਮੋਗਾ ਮੇਂ ਆਮ ਆਦਮੀ ਪਾਰਟੀ ਔਰ ਬਿਜਲੀ ਕੇ ਮੁੱਦੇ ਪਰ ਔਰ ਲੋਕ ਇਨਸਾਫ ਪਾਰਟੀ ਪਾਣੀ ਕੇ ਮੁੱਦੇ ਪਰ ਸਰਕਾਰ ਕੋ ਘੇਰਨਾ ਜਾ ਰਹੀ ਹੈ, ਉਸਕੋ ਲੇਕਰ ਮੈਂ ਆਪਣੇ ਭਾਈਓਂ ਕੋ ਸਲਾਹ ਦੇਣਾ ਚਾਹਤਾ ਹੂੰ। ਅਭੀ 2-2.5 ਰੁਪਏ ਲੀਟਰ ਪੈਟਰੋਲ ਬੜਾ, 2-2.5 ਰੁਪਏ ਲੀਟਰ ਡੀਜ਼ਲ ਬੜਾ, ਇਨਕੀ ਵਹਾਂ ਆਂਖੇ ਕਿਉਂ ਬੰਦ ਹੈ, ਜੇ ਉਸਕੇ ਲੀਏ ਕਿਉਂ ਨਹੀਂ ਪ੍ਰਦਰਸ਼ਨ ਕਰਤੇ। ਆਏ ਦਿਨ ਪੈਟਰੋਲ ਡੀਜ਼ਲ ਕੀ ਕੀਮਤੇਂ ਬੜ ਰਹੀ ਹੈ, ਯੇ ਉਸਕੇ ਲੀਏ ਕਿਉਂ ਨਹੀਂ ਪ੍ਰਦਰਸ਼ਨ ਕਰਤੇ। ਯੇ ਬਿਜਲੀ ਕੀ ਬਾਤ ਕਰਤੇ ਹੈਂ, ਜੋ ਚੀਜ਼ੇ ਕਰੰਟ ਮੁੱਦੇ ਹੈ ਵੋ ਤੋ ਉਨਕੋ ਉਠਾਤੇ ਨਹੀਂ ਹੈ। ਐਸੇ ਹੀ ਪੰਜਾਬ ਮੇਂ ਇਨਕੇ ਪਾਸ ਐਕਚੁਅਲ ਵਿਪਕਸ਼ ਕੇ ਪਾਸ ਕੋਈ ਮੁੱਦਾ ਨਹੀਂ ਹੈ, ਛੋਟੀ ਮੋਟੀ ਚੀਜ਼ੋਂ ਕੇ ਲੀਏ ਉਠਾ ਕੇ ਬਾਤ ਕਰਨੇ ਕੀ ਕੋਸ਼ਿਸ਼ ਕਰਤੇ ਹੈ। ਲੇਕਿਨ ਸਰਕਾਰ ਵਚਨਬੱਧ ਹੈ, ਜੋ ਹਮਨੇ ਪ੍ਰੋਮਿਸ ਕੀਏ ਹੈ ਵੋ ਹਮ ਪੂਰੇ ਕਰੇਂਗੇ, ਔਰ ਲੋਕ ਰਾਜ ਹੈ, ਲੋਕੋਂ ਕੀ ਸਰਕਾਰ ਹੈ, ਹਮੇ ਪੂਰਾ ਪੰਜਾਬ ਕੇ ਲੋਕੋਂ ਕਾ ਧਿਆਨ ਹੈ। ਆਮ ਆਦਮੀ ਪਾਰਟੀ ਸੇ ਅਮਰ ਅਰੋੜਾ ਕੋ ਚੰਡੀਗੜ੍ਹ ਬੈਠਕ ਮੇਂ ਨਹੀਂ ਬੁਲਾਇਆ ਗਿਆ ਪਾਰਟੀ ਕੀ ਤਰਫ ਸੇ, ਉਸਕੀ ਨਾਰਾਜ਼ਗੀ ਚੱਲ ਰਹੀ ਹੈ, ਉਸਕੋ ਲੇਕਰ ਆਪ ਕਿਆ ਸੋਚਤੇ ਹੈਂ? ਜੀ ਆਪ ਕੁਸਚਨ ਉਨ੍ਹੀਂ ਸੇ ਪੂਛੀਏ, ਯੇ ਉਨਕੀ ਪਾਰਟੀ ਕਾ ਮੁੱਦਾ ਹਮਨੇ ਕਿਆ ਲੇਨਾ ਦੇਨਾ ਹੈ। ਸਰ, ਕੈਪਟਨ ਅਮਰਿੰਦਰ ਸਿੰਘ ਜੀ ਨੇ ਦੁਬਾਰਾ ਕਿਹਾ ਹੈ ਕਿ ਜੋ ਹੈ ਕਾਂਗਰਸ ਕੋ ਇੱਕ ਯੁਵਾ ਨੇਤਾ ਕੀ ਜ਼ਰੂਰਤ ਹੈ, ਜੋ ਜ਼ਮੀਨੀ ਸਤਰ ਪਰ ਜੋ ਹੈ ਨੌਜਵਾਨ ਪੀੜ੍ਹੀ ਕੋ ਜੋੜ ਸਕੇ, ਉਸਕੋ ਲੇਕਰ ਆਪ। ਕੈਪਟਨ ਸਾਹਿਬ ਨੇ ਬਿਲਕੁਲ ਠੀਕ ਕਿਹਾ ਹੈ, ਔਰ ਹਮ ਸਭ ਹਮਾਰੀ ਸਾਰੀ ਪਾਰਟੀ ਚਾਹਤੀ ਹੈ, ਹਮ ਵੀ ਚਾਹਤੇ ਹੈ ਕਿ ਰਾਹੁਲ ਜੀ ਕੰਟੀਨਿਊ ਕਰੇ, ਵੋ ਪ੍ਰਧਾਨ ਰਹੇ। ਉਹਨੇ ਸਾਰੇ ਦੇਸ਼ ਮੇਂ ਕਾਮ ਕੀਆ ਹੈ, ਵੋ ਲੋਕੋਂ ਕੀ ਨਬਜ਼ ਸਮਝਤੇ ਹੈ, ਹਰ ਛੋਟੀ ਮੋਟੀ ਚੀਜ਼ ਕੋ ਵੋ ਸਮਝਤੇ ਹੈਂ। ਹਮਾਰੇ ਤਾਂ ਪ੍ਰਯਾਸ ਹੈ, ਹਮਾਰੀ ਕੋਸ਼ਿਸ਼, ਹਮ ਉਨਕੋ ਬੋਲ ਰਹੇ ਹੈ ਕਿ ਵੋ ਬਾਤ ਮਾਨ ਜਾਏ, ਜੇ ਦੇਸ਼ ਕੇ ਹਿੱਤ ਮੇਂ ਰਹੇਗਾ। ਮੋਗਾ ਮੇਂ 17 ਵਰਸ਼ੀ ਲੜਕੀ ਜੋ ਨਸ਼ੇ ਸੇ ਸੰਲਿਪਤ ਸੀ ਔਰ ਨਸ਼ਾ ਛੋੜਨਾ ਚਾਹਤੀ ਹੈ, ਉਸਕਾ ਕਹਿਣਾ ਹੈ ਕਿ ਜੋ ਮੋਗਾ ਮੇਂ ਆਮ ਤੌਰ ਪਰ ਚਿੱਟਾ ਵਿਕ ਰਹਾ ਹੈ, ਉਸਕੋ ਲੇਕਰ ਆਪ ਕੈਸੇ? देखिए, कार्रवाई पुलिस कर रही है, जो भी कहाँ से कोई कंप्लेंट आती है उसके ऊपर कार्रवाई होती है। सरकार नशा ख़त्म करने के लिए वचनबद्ध है, अगर ऐसी कोई घटना आई हम देखेंगे, इसके ऊपर कार्रवाई करेंगे। ब्यूरो रिपोर्ट, विजन पंजाब टीवी। दुनिया भर दी ताजा तरीन खबरां अते मनोरंजन भरपूर प्रोग्राम वेखन लई सब्सक्राइब करो साडा यूट्यूब चैनल ते दबाओ बैल बटन एंड ऑल्सो लाइक आवर फेसबुक पेज।